ਭਾਰਤੀ ਪਾਇਚਾਰਾ ਅਮਰੀਕੀ ਮੀਡੀਆ ਵਿੱਚ ਛਾਇਆ ਰਹਿੰਦਾ ਹੈ ਅਮਰੀਕਾ ਦੇ ਪ੍ਰਮੁੱਖ ਮੀਡੀਆ ਅਦਾਰੇ ਵਿੱਚ ਇੱਕ ਦਰਜਨ ਤੋਂ ਵੱਧ ਵੈਬਸਾਈਟਸ ਭਾਰਤੀਆਂ ਨਾਲ ਜੁੜੇ ਮੁੱਦਿਆਂ ਨੂੰ ਕਵਰ ਕਰਦੇ ਨੇ ਦੂਜੇ ਪਾਸੇ ਭਾਰਤੀਆਂ ਨੂੰ ਮੀਡੀਆ ਵਿੱਚ ਖਾਸੀ ਕਵਰੇਜ ਮਿਲਣ ਕਾਰਨ ਅਮਰੀਕਾ ਦਾ ਕਟੜਪੰਥੀ ਤਬਕਾ ਝਿੜ ਗਿਆ ਇਸ ਦੇ ਇੱਕ ਧੜੇ ਨੇ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਤੇ ਗੰਭੀਰ ਦੋਸ਼ ਲਗਾਉਂਦਿਆਂ ਕਿ ਉਹ ਭਾਰਤੀਆਂ ਨੂੰ ਸਪੈਸ਼ਲ ਟ੍ਰੀਟਮੈਂਟ ਦੇ ਰਹੇ ਨੇ